ਤੁਸੀਂ ਦੇਖ ਸਕਦੇ ਹੋ ਅਤੇ ਆਪਾਂ ਨੇ ਸਰਕਟ ਬਣਾਇਆ ਹੋਇਆ ਪੂਰਾ। ਇਹ ਆਪਣਾ 72 ਮੈਕਰੋਫੈਰਡ ਦਾ ਕਪੈਸਿਟਰ ਹੈ 72, ਇਹ ਦੇਖ ਸਕਦੇ ਤੁਸੀਂ, ਇਹ ਦੇਖ ਸਕਦੇ 72 ਮੈਕਰੋਫੈਰਡ ਦਾ ਕਪੈਸਿਟਰ ਹੈ ਜੀ। ਆਪਣੀ 2 ਦੀ ਮੋਟਰ ਹੈ ਜੀ, ਇਹ ਦੇਖ ਸਕਦੇ ਐਨ ਪ੍ਰੋਪਰ ਤਰੀਕੇ ਨਾਲ, ਅਤੇ 2 ਵਾਇਰਾਂ ਨਿਕਲੀਆਂ ਹੋਈਆਂ ਕਪੈਸਿਟਰ ਦੀਆਂ, ਠੀਕ ਹੈ ਜੀ। 3 ਵਾਇਰਾਂ ਹੈਗੀਆਂ ਮੋਟਰ ਦੀਆਂ ਜੀ। ਸਿੰਗਲ ਫੇਸ ਮੋਟਰ ਹੈ ਜੀ, ਇਹ ਸਿੰਗਲ ਫੇਸ ਮੋਟਰ ਹੋਣ ਦੇ ਨਾਲ ਜਿਹੜੀ ਨਿਊਟਰਲ ਸੀਗੀ, ਬਲਿਊ ਸੀਗੀ, ਇਹ ਮੇਨ ਰੱਖੀ ਹੋਈ ਹੈ, ਇਹ ਦੇਖ ਸਕਦੇ ਤੁਸੀਂ ਮੇਨ ਹੈ। ਅਤੇ ਇਹ ਹੈਗੀ ਜਿਹੜਾ ਆਪਣਾ ਨਿਊਟਰਲ ਆ ਰਹੀ, ਨਿਊਟਰਲ ਇੱਥੇ ਆ ਰਹੀ ਨਿਊਟਰਲ, ਅਤੇ ਆਪਾਂ ਨੇ ਕਪੈਸਿਟਰ ਪੈਲਰ ਦੇ ਵਿੱਚ ਲਾਇਆ ਹੋਇਆ, ਇਹ ਦੇਖ ਸਕਦੇ ਤੁਸੀਂ ਕਪੈਸਿਟਰ ਪੈਲਰ ਦੇ ਵਿੱਚ ਸਟਾਰਟਿੰਗ ਵਾਸਤੇ, ਕਪੈਸਿਟਰ ਪੈਲਰ ਦੇ ਵਿੱਚ ਲੱਗਿਆ ਹੋਇਆ ਸਟਾਰਟਿੰਗ ਕਰ ਸਟਾਰਟ ਕਰਨ ਵਾਸਤੇ। ਅਤੇ ਇਹ ਯੈਲੋ ਨਾਲੇ ਰੈੱਡ ਨੂੰ ਆਪਾਂ ਮੈਚ ਕਰ ਦਿੱਤਾ ਕਪੈਸਿਟਰ ਦੀਆਂ 2 ਦੁਬਾਰਾਂ, ਅਤੇ ਮੇਨ ਜਿਹੜੀ ਆ ਰਹੀ ਸੀਗੀ ਨਿਊਟਰਲ, ਨਿਊਟਰਲ ਨੂੰ ਆਪਾਂ ਕਨੈਕਟ ਕਰਤਾ ਉੱਧਰ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਜੀ 2 ਮੈਕ ਆਪਣਾ 2 ਹੋਸ ਪਾਵਰ ਦੀ ਮੋਟਰ ਨੂੰ ਚਲਾ ਸਕਦੇ ਹਾਂ। ਥੈਂਕਸ ਵਾਚਿੰਗ ਫੋਰ ਮਾਈ ਵੀਡੀਓ, ਲਾਈਕ ਐਂਡ ਸ਼ੇਅਰ ਮਾਈ ਫਰੈਂਡਸ।